ਸਤਿ ਸ਼੍ਰੀ ਅਕਾਲ ਫਰੈਂਡਸ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਕਿਚਨ ਵਿੱਚ ਅੱਜ ਤੁਹਾਡੇ ਨਾਲ ਅਸੀਂ ਰੈਸਪੀ ਸ਼ੇਅਰ ਕਰਾਂਗੇ ਕद्दू ਦੇ ਰਾਇਤੇ ਦੀ ਹਾਂਜੀ ਅੱਜ ਆਪਾਂ ਕद्दू ਦਾ ਠੰਡਾ ਠੰਡਾ ਰਾਇਤਾ ਬਣਾਵਾਂਗੇ ਤੇ ਬਹੁਤ ਹੀ ਸਵਾਦਿਸ਼ਟ ਹੁੰਦਾ ਹੈਗਾ ਤੇ ਰਾਇਤੇ ਦਾ ਬਹੁਤ ਨਰਾਂ ਦੇ ਹੁੰਦੇ ਆ ਜਿਸ ਤਰ੍ਹਾਂ ਕद्दू ਦਾ ਰਾਇਤਾ ਹੋ ਗਿਆ ਖੀਰੇ ਦਾ ਰਾਇਤਾ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਰਾਇਤੇ ਆਲੂ ਦਾ ਰਾਇਤਾ ਤੇ ਅੱਜ ਆਪਾਂ ਸਿਰਫ ਕद्दू ਦੇ ਰਾਇਤਾ ਜਿਹੜਾ ਹੈਗਾ ਉਹਦੀ ਰੈਸਪੀ ਤੁਹਾਨੂੰ ਦੱਸਾਂਗੇ ਇਸ ਤੋਂ ਪਹਿਲਾਂ ਕਿ ਰਾਇਤਾ ਬਣਾਉਣਾ ਸ਼ੁਰੂ ਕਰੀਏ ਜਿਹੜੇ ਫ੍ਰੈਂਡ ਸਾਡੇ ਚੈਨਲ ਤੇ ਨਵੇਂ ਆਏ ਹੋ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਚਲੋ ਜੀ ਸ਼ੁਰੂ ਕਰਦੇ ਰਾਇਤਾ ਬਣਾਉਣਾ ਤੇ ਆਪਾਂ ਇੱਥੇ 500 ਗ੍ਰਾਮ ਜਿਹੜਾ ਹੈਗਾ ਦਹੀਂ ਲਿਆ 500 ਗ੍ਰਾਮ ਦੇ ਵਿੱਚ ਨਿੱਕਾ ਜਾਂ ਕद्दू ਕਾਫੀ ਆ ਇਸ ਨੂੰ ਆਪਾਂ ਕद्दू ਕਸ ਕਰਕੇ ਤੇ ਉਬਾਲ ਕੇ ਮਤਲਬ ਵਿੱਚ ਪਾਉਣਾ ਦਹੀਂ ਦੇ ਤੇ ਇਸ ਨੂੰ ਆਪਾਂ ਛੱਲ ਲੈਣਾ ਹੈਗਾ ਨਿੱਕਾ ਜਾਂ ਕद्दू ਹੈਗਾ ਐਡਾ ਕद्दू ਜਿਹੜਾ ਹੈਗਾ ਬਹੁਤ ਆ 2 500 ਗ੍ਰਾਮ ਆਪਣਾ ਦਹੀਂ ਆ ਤੇ ਸੌ ਰੇਰਸ ਕਰਾਂਦਾ ਹੋਊਗਾ ਛੋਟਾ ਹੀ ਆ ਤੇ ਇਹਨਾਂ ਕੀ ਕਾਫੀ ਆ ਅੱਧਾ ਕਿਲੋ ਦਹੀਂ ਵਾਸਤੇ ਤੇ ਇਹਦੇ ਨਾਲ ਕੀ ਹੁੰਦਾ ਇੱਕ ਤਾਂ ਇਹ ਠੰਡਾ ਹੁੰਦਾ ਗਰਮੀਆਂ ਦੇ ਮੌਸਮ ਵਿੱਚ ਮਤਲਬ ਆਪਾਂ ਨੂੰ ਬਹੁਤ ਵਧੀਆ ਆਪਣੇ ਡਾਈਜੈਸ਼ਨ ਡਾਈਜੈਸ਼ਨ ਵਾਸਤੇ ਆਪ ਨੂੰ ਹਾਜਮਸ਼ੇਤੀ ਆ ਜਾਂਦਾ ਹੈ ਇਹ ਕਦੂ ਦਾ ਰਹਿਤਾ ਤੇ ਇੱਕ ਜਿਹੜਾ ਆਪਾਂ ਕਦੂ ਦੀ ਜਿਹੜੀ ਸਬਜ਼ੀ ਆ ਆਪਾਂ ਖਾ ਖਾ ਕੇ ਅੱਕ ਚੁੱਕੇ ਹੋਣੇ ਆ ਕਿਉਂਕਿ ਗਰਮੀਆਂ ਦੇ ਵਿੱਚ ਕਦੂ ਬਹੁਤ ਜ਼ਿਆਦਾ ਹੁੰਦੇ ਆ ਤੇ ਇੱਕ ਨਵੀਂ ਜੀ ਚੀਜ਼ ਆਪਾਂ ਬਣਾ ਕੇ ਖਾ ਸਕਦੇ ਹਾਂ ਨਾਲੇ ਨਾਲ ਹੀ ਠੰਡੀ ਹੁੰਦੀ ਹੈ ਇਹ ਗਰਮੀ ਦੇ ਮੌਸਮ ਵਿੱਚ ਠੰਡਾ ਠੰਡਾ ਰਾਇਤਾ ਫ੍ਰਿਜ ਵਿੱਚ ਰੱਖ ਕੇ ਉਸ ਤੋਂ ਬਾਅਦ ਤੁਸੀਂ ਖਾ ਸਕਦੇ ਹੋ ਤੇ ਇਸ ਤਰ੍ਹਾਂ ਆਪਾਂ ਜਿਹੜਾ ਸਾਰਾ ਕਦੂ ਚਰ ਲੈਣਾ ਤੇ ਉੱਪਰਲੀ ਡੰਡੀ ਜੜੀ ਹੈਗੀ ਉਹ ਰੱਖਣੀ ਆ ਉਹ ਨਹੀਂ ਲਾਉਣੇਗੀ ਕਿਉਂਕਿ ਆਪਾਂ ਇਸ ਨੂੰ ਕਦੂ ਕਸ ਕਰਨਾ ਪਰ ਉਹ ਫੜ ਕੇ ਤੇ ਬਹੁਤ ਹੀ ਸਿੰਪਲ ਜਿਹੇ ਤਰੀਕੇ ਨਾਲ ਅੱਜ ਤੁਹਾਨੂੰ ਦੱਸਾਂਗੇ ਕਦੂ ਦਾ ਰਾਇਤਾ ਰਾਇਤਾ ਕਿਸ ਤਰ੍ਹਾਂ ਬੰਨਦਾ ਹਾਂਜੀ ਇਸ ਤਰ੍ਹਾਂ ਆਪਾਂ ਜਿਹੜਾ ਹੈਗਾ ਸਾਰਾ ਕਦੂ ਛੱਲਣਾ ਉੱਪਰਲੀ ਛਲਕ ਜਿਹੜੀ ਉਹ ਉਤਾਰ ਲੈਣੀ ਹੈਗੀ ਆ ਪਤਲੀ ਬਦਲੀ ਤੇ ਬਾਅਦ ਵਿੱਚ ਇਸ ਨੂੰ ਧੋਵਾਂਗੇ ਤੋਂ ਕਿ ਆਪਾਂ ਇਸ ਨੂੰ ਉਬਾਲਣਾ 5-7 ਮਿੰਟ ਵਾਸਤੇ ਉਬਾਲਣਾ ਕਿਉਂਕਿ ਜੇ ਕਦੂ ਕਸ ਕੀਤਾ ਹੁੰਦਾ ਪੀਸ ਛੋਟੇ ਹੁੰਦੇ ਆ ਤੇ ਜਲਦੀ ਇਹ ਪੱਕ ਜਾਂਦਾ ਵਾ ਤੇ ਜ਼ਿਆਦਾ ਟਾਈਮ ਲੋੜ ਨਹੀਂ ਪੈਂਦੀ ਜ਼ਿਆਦਾ ਉਬਾਲਣ ਦੀ ਤੇ ਸਾਰਾ ਤੁਸੀਂ 10 ਕਿ ਮਿੰਟ ਦੇ ਵਿੱਚ ਜਿਹੜਾ ਹੈਗਾ ਖਰਾਇਤਾ ਬਣਾ ਸਕਦੇ ਹੋ ਜਿਆਦਾ ਟਾਈਮ ਨਹੀਂ ਲੱਗਦਾ ਤੇ ਹੁਣ ਆਪਾਂ ਇਸ ਨੂੰ ਕਦੂਕਸ ਕਰਾਂਗੇ ਇਸ ਤਰ੍ਹਾਂ ਇਹ ਇਹਦੇ ਇੱਕ ਫਾਇਦਾ ਹੋਰ ਹੈ ਜੇਕਰ ਆਪਣੇ ਘਰ ਵਿੱਚ ਦਹੀਂ ਥੋੜਾ ਵਾ 500 ਗ੍ਰਾਮ ਦਹੀਂ ਆਚਾਨਕ ਕੋਈ ਮਹਿਮਾਨ ਆ ਜਾਂਦੇ ਆ ਗਰਮੀ ਦੇ ਮੌਸਮ ਵਿੱਚ ਤੇ ਆਪਾਂ ਇਸ ਨੂੰ ਵਧਾਉਣਾ ਹੈ ਤਾਂ ਵੀ ਆਪਾਂ ਦਹੀਂ ਨੂੰ ਵਧਾਉਣ ਵਾਸਤੇ ਵੀ ਆਪਾਂ ਕਦੂ ਦਾ ਰਹਿਤਾ ਜਿਹੜਾ ਪਾਵਾਂਗੇ ਤਾਂ ਦਹੀਂ ਆਪਣਾ ਵਧ ਜਾਵੇਗਾ ਵਿੱਚ ਦੁੱਧ ਪਾ ਕੇ ਆਪਾਂ ਇਸ ਨੂੰ ਨਾਲੇ ਕਦੂ ਦਾ ਰੇਤਾ ਪਾ ਕੇ ਕਦੂ ਕਸ ਕਰਕੇ ਪਾ ਕੇ ਇਸ ਨੂੰ ਵਧਾ ਸਕਦੇ ਹਾਂ ਨਹੀਂ ਬਹੁਤ ਜ਼ਿਆਦਾ ਵੱਧ ਜਾਂਦਾ ਸੰਗਣਾ ਹੋ ਜਾਂਦਾ ਹੈ ਇਹਦੇ ਨਾਲ ਤੇ ਇਸ ਤਰ੍ਹਾਂ ਜਿਹੜਾ ਦਹੀਂ ਹੈਗਾ 1/2 ਕਿਲੋ ਤੋਂ ਆਪਣਾ ਇੰਨਾ ਨਿਕਾ ਜੇ ਕਦੂ ਪਾ ਕੇ ਤੇ 1 ਕਿਲੋ ਦੇ ਨੇੜਾ ਆਪਣਾ ਦਹੀਂ ਜਿਹੜਾ ਬਣ ਜੂਗਾ ਤੇ ਜਿਹੜਾ 8-10 ਜਾਣੇ ਦੇ ਖਾਣ ਲਈ ਕਾਫੀ ਆ ਜ਼ਿਆਦਾ ਵੀ ਜਾਣੇ ਖਾ ਸਕਦੇ ਆ ਤੇ ਇਸ ਤਰ੍ਹਾਂ ਦੋ ਫਾਇਦੇ ਆ ਇਹਦੇ ਤੇ ਬੱਚੇ ਇਸ ਨੂੰ ਬਹੁਤ ਖੁਸ਼ ਹੋ ਕੇ ਖਾਂਦੇ ਕद्दू ਦੇ ਰਾਇਤੇ ਨੂੰ ਕਿਉਂਕਿ ਅਲੱਗ ਜੀ ਚੀਜ਼ ਬਣ ਜਾਂਦੀ ਆ ਤੇ ਉਹ ਉਹ ਵੀ ਸਬਜੀ ਜਿਹੜੀ ਆ ਖਾ ਕੇ ਕੁਝ ਨਹੀਂ ਘਰਮੀ ਦੇ ਮੌਸਮ ਵਿੱਚ ਤੇ ਦਹੀਂ ਖਾ ਕੇ ਜ਼ਿਆਦਾ ਖੁਸ਼ ਹੁੰਦੇ ਆ ਤੇ ਜਿਸ ਤਰ੍ਹਾਂ ਰਾਇਤਾ ਪਾਇਆ ਹੋਵੇ ਕद्दू ਤੇ ਉਹਦੂ ਸੋਨੇ ਤੇ ਸੁਹਾਗਾ ਹੋ ਜਾਂਦਾ ਬਹੁਤ ਜਾ ਕੇ ਖਾਂਦੇ ਆ ਠੰਡੀ ਚੀਜ਼ ਆ ਗਰਮੀ ਦੇ ਮੌਸਮ ਵਿੱਚ ਤੁਸੀਂ ਵੀ ਬਣਾਓ ਤੇ ਬਹੁਤ ਹੀ ਸੈਂਪਲ ਜੀ ਰੈਸਪੀ ਹੈ ਜੀ ਕद्दू ਦੇ ਰਾਇਤੇ ਦੀ ਤੇ 10 ਮਿੰਟ ਦੇ ਵਿੱਚ ਆਪਾਂ ਜਿਹੜਾ ਹੈਗਾ ਰੈਤਾ ਜਿਹੜਾ ਬਣਾ ਕੇ ਤਿਆਰ ਕਰ ਲੈਣਾ ਵੀਡੀਓ ਮੇ ਬਿਲਕੁਲ ਵੀ ਕਿਤੋਂ ਵੀ ਸਕੈਪਣੀ ਨਹੀਂ ਗਈ ਤੇ ਹੈਗੀ ਕੱਟੀ ਨਹੀਂ ਹੈਗੀ ਜਿਹੜੀ ਕੰਮ ਕੀਤਾ ਵਾ ਲਾਈਵ ਹੀ ਕੀਤਾ ਹਾਂਜੀ ਹੁਣ ਆਪਾਂ ਇਸ ਨੂੰ ਉਬਾਲਣ ਲਈ ਇੱਕ ਪੈਨ ਵਿੱਚ ਪਾਵਾਂਗੇ ਤੇ ਪਾਣੀ ਜ਼ਿਆਦਾ ਨਹੀਂ ਪਾਉਣਾਗਾ ਆਪਾਂ ਪਹਿਲਾਂ ਧੋ ਲਿਆ ਸੀਗਾ ਇਸ ਨੂੰ ਇਸ ਕਰਕੇ ਹੁਣ ਧੋਣ ਦੀ ਲੋੜ ਨਹੀਂ ਹੈਗੀ ਉਬਾਲਣਾ ਉਹ ਵੀ ਪਾਣੀ ਆਪਾਂ ਕਢਣਾ ਤੇ ਇਸ ਨੂੰ ਇਸ ਤਰ੍ਹਾਂ ਪਾ ਕੇ ਡੋਂਗੇ ਵਿੱਚ ਤੇ ਪਾਣੀ ਇਸ ਦੇ ਸਿਰਫ ਉੱਪਰ ਤੱਕ ਹੀ ਕਰਨਾ ਹੈ ਜਿਸ ਨਾਲ ਇਹ ਜਿਹੜਾ ਵਿੱਚ ਪੂਰਾ ਚੰਗੀ ਤਰ੍ਹਾਂ ਭਿੱਜ ਜਾਵੇ ਢੱਕਿਆ ਜਾਵੇ। ਦੇਖੋ ਜਿਆਦਾ ਪਾਣੀ ਪਾਉਣ ਦੀ ਲੋੜ ਨਹੀਂ ਕਿਉਂਕਿ ਆਪਾਂ 5 ਮਿੰਟ ਇਸ ਨੂੰ ਉਬਾਲਣਾ ਹੈਗਾ। 5 ਮਿੰਟ ਦੇ ਵਿੱਚ ਜਿਹੜਾ ਆਪਣਾ ਕਦੂ ਹੈਗਾ ਪੱਕ ਜਾਊਗਾ। ਕੱਚਾ ਨਹੀਂ ਰਹਿੰਦਾ ਇਹ। ਕਿਉਂਕਿ ਪੀਸਸ ਜਿਹੜੇ ਬਿਲਕੁਲ ਛੋਟੇ-ਛੋਟੇ ਆ। ਥੋੜੇ ਜਿਹਾ ਉਬਾਲਣ ਨਾਲ ਹੀ ਇਸਨੇ ਬਨ ਜਾਣਾ। ਇਹਦਾ ਕਲਰ ਥੋੜਾ ਜਿਹੜਾ ਹੈਗਾ ਚੇਂਜ ਹੋ ਜਾਊਗਾ। ਮੇ ਗ੍ਰੀਨ ਤੋਂ ਥੋੜਾ ਥੋੜਾ yellow ਜਾ ਹੋਣ ਲੱਗ ਜੂਗਾ ਤੇ ਇਸ ਤੋਂ ਥੋੜਾ ਇਹ ਦਬਾ ਕੇ ਵੀ ਦੇਖਾਂਗੇ ਜਲਦੀ ਅਗਰ ਟੁੱਟ ਗਿਆ ਹਾਲੇ ਤੱਕ 2 ਮਿੰਟ ਹੀ ਹੋਏ ਸੀ ਉਬਾਲ ਆਇਆ ਹੀ ਆ ਤੇ ਹਲੇ ਕੱਚਾ ਤੇ 5 ਮਿੰਟ ਆਪਾਂ ਪੂਰੇ ਕਰਾਂਗੇ ਤੇ ਹੁਣ ਆਪਾਂ ਜਿਹੜਾ ਕਰਦੂਆ ਬਿਲਕੁਲ ਪੱਕ ਗਏ ਰਿੱਜ ਗਏ ਹੈਗੇ 5 ਮਿੰਟ ਹੋ ਗਏ ਆ ਹੁਣ ਆਪਾਂ ਇਸ ਨੂੰ ਛਾਣਾਂਗੇ ਪਹਿਲਾਂ ਤਾਂ ਠੰਡਾ ਕਰਾਂਗੇ ਠੰਡਾ ਪਾਣੀ ਪਾ ਕੇ ਗੈਸ ਬੰਦ ਕਰਨ ਲੱਗੇ ਫਿਰ ਹਾਂ ਐਸੇ ਨਾਲ ਆਪਾਂ ਇਸ ਨੂੰ ਛਾਨ ਲੈਣਾ ਛਾਨਣੀ ਦੀ ਸਹਾਤ ਨਾਲ ਤੇ ਹੁਣ ਆਪਾਂ ਇਸ ਨੂੰ ਠੰਡਾ ਕਰਨਾ ਹੈ ਕਈ ਵਾਰੀ ਹੁੰਦਾ ਕਿ ਇਸ ਤਰ੍ਹਾਂ ਪਾਲ ਕੇ ਹੀ ਡੋਂਗੇ ਦੇ ਵਿੱਚ ਰੱਖ ਲੈਂਦੇ ਆ ਖੁੱਲਾ ਟਾਈਮ ਹੁੰਦਾ ਜਿਨ੍ਹਾਂ ਕੋਲ ਹੈ ਤੇ ਜੇ ਇੱਕ ਟਾਈਮ ਆਪਣੇ ਕੋਲ ਹੈ ਘੱਟ ਹੈ ਤੇ ਇਸ ਤਰ੍ਹਾਂ ਆਪਾਂ ਇਸ ਨੂੰ ਛਾਨ ਕੇ ਪਾਣੀ ਵਿੱਚ ਦੁਬਾਰਾ ਪਾ ਕੇ ਠੰਡਾ ਫਿਰ ਇਸ ਨੂੰ ਦੋ ਤਿੰਨ ਵਾਰੀ ਇਸ ਨੂੰ ਪੁੰਨ ਲੈਣਾ ਇਸ ਨਾਲ ਕੀ ਹੋਊਗਾ ਕਿ ਇਹ ਠੰਡਾ ਹੋ ਜਾਊਗਾ ਤੇ ਆਪਾਂ ਜਲਦੀ ਤੋਂ ਜਲਦੀ ਜਿਹੜਾ ਕੱਦੂ ਦਾ ਰਾਇਤਾ ਵਾ ਉਹ ਬਣਾ ਸਕਦੇ ਆ ਜਿਆਦਾ ਟਾਈਮ ਨਹੀਂ ਲੱਗਦਾ ਕਿਉਂਕਿ ਆਪਾਂ ਇਹ ਠੰਡਾ ਠੰਡਾ ਬਣਾਉਣਾ ਇਸ ਕਰਕੇ ਇਸ ਨੂੰ ਠੰਡਾ ਕਰਨਾ ਬਹੁਤ ਜ਼ਰੂਰੀ ਹੈ ਇਸ ਤਰ੍ਹਾਂ ਪਾਣੀ ਵਿੱਚ ਪਾ ਕੇ ਦੋ ਤਿੰਨ ਵਾਰ ਆਪਾਂ ਕੱਢ ਲੈਣਾ ਇਹਦੇ ਨਾਲ ਇਹ ਠੰਡਾ ਹੋ ਜਾਊਗਾ ਤੇ ਇਸ ਨੂੰ ਚੰਗੀ ਤਰ੍ਹਾਂ ਨਿਚੋੜ ਲੈਣਾ ਜਿਤੇ ਇਹ ਆਪਣਾ ਜਿਹੜਾ ਠੰਡਾ ਹੋ ਗਿਆ ਰਹਿਦਾ ਹੁਣ ਆਪਾਂ ਇਸ ਨੂੰ ਪਾਣ ਕੇ ਇਹਦੇ ਵਿੱਚ ਪਾਵਾਂਗੇ ਪੈਨ ਦੇ ਵਿੱਚ ਤੇ ਹੁਣ ਹੱਥ ਦੇ ਨਾਲ ਇਸ ਤਰ੍ਹਾਂ ਜਿਹੜਾ ਪਾਣੀ ਜਿਹੜਾ ਚੰਗੀ ਤਰ੍ਹਾਂ ਇਸ ਨੂੰ ਕੱਢ ਲੈਣਾ ਅਗਰ ਪਾਣੀ ਨਾ ਕੱਢਾਂਗੇ ਤਾਂ ਇਹ ਮਤਲਬ ਇਹਦਾ ਟੇਸਟ ਜਿਹੜਾ ਹੈਗਾ ਦਹੀਂ ਦੇ ਵਿੱਚ ਮਿਕਸ ਨਹੀਂ ਹੋਊਗਾ ਦਹੀਂ ਜਿਹੜਾ ਇਹ ਇਹਨੇ ਅਬਜ਼ਰਵ ਕਰਨਾ ਉਹ ਨਹੀਂ ਕਰੂਗਾ ਤੇ ਇਹ ਅਲੱਗ-ਅਲੱਗ ਜਿਹਾ ਰਹੂਗਾ ਆਪਣਾ ਜਿਹੜਾ ਹੈਗਾ ਕੱਦੂ ਤੇ ਜੇਕਰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਇਸ ਨੂੰ ਪਾਣੀ ਨਿਚੋੜ ਕੇ ਪਾਵਾਂਗੇ ਤਾਂ ਜਦੋਂ ਆਪਾਂ ਇਸ ਨੂੰ ਦਹੀਂ 'ਚ ਪਾਵਾਂਗੇ ਤਾਂ ਇਹ ਦਹੀਂ ਨੂੰ ਅਬਜ਼ਰਵ ਕਰ ਲਊਗਾ ਆਪਣੇ ਵਿੱਚ ਤੇ ਬਹੁਤ ਹੀ ਵਧੀਆ ਟੇਸਟ ਇਹਦਾ ਜਿਹੜਾ ਆਊਗਾ 500 ਗ੍ਰਾਮ ਦਹੀਂ ਦੇ ਵਿੱਚ ਆਪਾਂ ਜਿਹੜਾ ਇੱਕ ਗਲਾਸ ਦੁੱਧ ਦਾ ਪਾਉਣਾ ਹੈ ਜੀਰਾ ਭੁੰਨਿਆ ਹੋਇਆ ਇੱਕ ਟਮਾਟਰ ਬਰੀਕ ਕੱਟਿਆ ਇੱਕ ਹਰੀ ਮਿਰਚ ਬਰੀਕ ਕੱਟੀ ਇੱਕ ਨਿੱਕਾ ਜਿਹਾ ਪਿਆਜ਼ ਲਿਆ ਸੀ ਬਰੀਕ ਕੱਟਿਆ ਤੇ ਇਹ ਆਪਣਾ ਕਦੂ ਜਿਹੜਾ ਆਪਾਂ ਉਹਨੇ ਉਬਾਲਿਆ ਹੈਗਾ ਉਹ ਤੇ ਥੋੜਾ ਜਿਹਾ ਗਾਰਨਿਸ਼ ਵਾਸਤੇ ਹਰਾ ਧਨੀਆ ਜੇਕਰ ਹਰਾ ਧਨੀਆ ਨਹੀਂ ਹੈਗਾ ਕਿਉਂਕਿ ਗਰਮੀ ਦੇ ਮੌਸਮ ਵਿੱਚ ਨਹੀਂ ਮਿਲਦਾ ਤਾਂ ਤੁਸੀਂ ਇਸ ਨੂੰ ਸਕਿਪ ਕਰ ਦਿਓ ਕੋਈ ਲੋੜ ਨਹੀਂ ਹੈਗੀ ਤਾਂ ਚਲੋ ਜੀ ਪਹਿਲਾਂ ਆਪਾਂ ਪਾਵਾਂਗੇ ਇਹਦੇ ਵਿੱਚ ਦੁੱਧ ਇੱਕ ਗਲਾਸ ਆਪਾਂ ਦੁੱਧ ਦਾ ਜਿਹੜਾ ਉਹ ਪਾ ਗਏ ਇਸ ਨੂੰ ਇਸ ਤਰ੍ਹਾਂ ਆਪਾਂ ਇਸ ਨੂੰ ਉਬਾਲ ਸਕਦੇ ਹਾਂ ਇਸ ਕਰਕੇ ਮੈਂ ਦੁੱਧ ਪਾਇਆ ਤੇ ਇਸ ਨੂੰ ਪਤਲਾ ਹੀ ਰੱਖਣਾ ਕਿਉਂਕਿ ਜਦੋਂ ਆਪਾਂ ਇਹਦੇ ਵਿੱਚ ਕੱਦੂ ਪਾਵਾਂਗੇ ਆਪਣੇ ਉਬਲੇ ਹੋਏ ਉਹ ਹਾਰਡ ਰਹਿ ਗਿਆ ਤੇ ਉਹ ਆਪਣੇ ਵਿੱਚ ਕੱਦੂ ਝੜਿਆ ਗਿਆ ਇਹਨੂੰ ਆਬਜ਼ਰਵ ਕਰ ਲੈਣਗੇ ਦੇਈ ਨੂੰ ਤੇ ਉਸ ਤੋਂ ਵੀ ਜ਼ਿਆਦਾ ਹਾਰਡ ਹੋ ਜਾਊਗਾ ਇਸ ਕਰਕੇ ਆਪਾਂ ਦੇਈ ਨੂੰ ਥੋੜਾ ਜਿਹਾ ਪਤਲਾ ਕਰ ਲੈਣਾ ਪਹਿਲਾਂ ਇਸ ਤਰ੍ਹਾਂ ਕਰ ਲੈਣਾ ਪਤਲਾ ਦੁੱਧ ਪਾ ਕੇ ਇਹਦੇ ਨਾਲ ਇੱਕ ਤਾਂ ਇਹ ਵੱਧ ਜਾਏਗਾ ਤੇ ਇੱਕ ਜਿਹੜਾ ਦਹੀਂ ਆਪਾਂ ਨੂੰ ਇਸੇ ਤਰ੍ਹਾਂ ਦਾ ਚਾਹੀਦਾ ਪਤਲਾ ਹੀ ਚਾਹੀਦਾ ਤੁਸੀਂ ਪਾਣੀ ਪਾ ਕੇ ਵੀ ਇਸ ਨੂੰ ਵਧਾ ਸਕਦੇ ਹੋ ਦੁੱਧ ਪਾ ਕੇ ਵੀ ਵਧਾ ਸਕਦੇ ਹੋ ਥੋੜੀ ਮਰਜੀ ਆ ਹੁਣ ਆਪਾਂ ਕद्दू ਵਿੱਚ ਪਾਤੇ ਜਿਹੜੇ ਪਕਾਏ ਸੀ ਤੇ ਜੀਰਾ ਪਾਤਾ ਹੈ ਪੁੰਨਿਆ ਹੋਇਆ ਜੀਰਾ ਇੱਕ ਨਿੱਕਾ ਜਿਹਾ ਪਿਆਜ਼ ਨਿੱਕਾ ਜਿਹਾ ਟਮਾਟਰ ਬਰੀਕ ਕੱਟਿਆ ਤੇ ਹਰੀ ਮਿਰਚ ਜਿਹੜੀ ਆ ਉਹ ਬਰੀਕ ਕੱਟੀ ਆ ਕੋ ਪਾ ਦਿਆਂ ਇਸ ਨੂੰ ਹੁਣ ਮਿਕਸ ਕਰਾਂਗੇ ਤੇ ਇੱਕ ਮੇਸ ਮੇ ਤੁਹਾਨੂੰ ਗਲਤੀ ਹੋ ਗਈ ਇਹਦੇ ਵਿੱਚ ਉਹ ਇਹ ਕਿ ਆਪਾਂ ਜਿਹੜੇ ਕद्दू ਪਾਏ ਆ ਉਹਨੂੰ ਹਾਂ ਪਹਿਲਾਂ ਹੀ ਤੁਸੀਂ ਪਲੇਟ ਦੇ ਵਿੱਚ ਥੋੜਾ ਜਿਹਾ ਅਲੱਗ-ਅਲੱਗ ਕਰ ਲਓ ਹੱਥ ਦੇ ਨਾਲ ਤਾਂ ਜੋ ਦੇ ਵਿੱਚ ਜਦੋਂ ਆਪਾਂ ਇਸ ਨੂੰ ਖੋਲਾਂਗੇ ਤਾਂ ਪਰੇਸ਼ਾਨੀ ਚ ਨਾ ਆਵੇ ਥੋੜੀ ਜੀ ਮਿਹਨਤ ਕਰਨੀ ਪਏ ਮੈਨੂੰ ਉਸ ਨੂੰ ਵਿੱਚ ਮਿਕਸ ਕਰਨ ਲਈ ਇਸ ਕਰਕੇ ਉਸ ਨੂੰ ਪਹਿਲੇ ਹੱਥ ਦੇ ਨਾਲ ਅਲੱਗ-ਅਲੱਗ ਕਰ ਲਓ ਤਾਂ ਹੁਣ ਇਹਦੇ ਵਿਚਾਰਾ ਤਾਂ ਨਹੀਂ ਆਪਾਂ ਤਾਂ ਦੋ ਚੁਟਕੀਆਂ ਲਾਲ ਮਿਰਚ ਪਾਊਡਰ ਤੁਸੀਂ ਇਹਦੇ ਵਿੱਚ ਕਾਲੀ ਮਿਰਚ ਪਾਊਡਰ ਕਾਲਾ ਨੂਨ ਕੁਝ ਵੀ ਪਾ ਸਕਦੇ ਹੋ ਚਾਟ ਮਸਾਲਾ ਪਾ ਸਕਦੇ ਹੋ ਅੱਧਾ ਕਿ ਚਮਚ ਨਮਕ ਦਾ ਪਾਇਆ ਮੈਂ ਤੇ ਤੇ ਪਰ ਗੱਲ ਇਹ ਹੈ ਕਿ ਆਪਾਂ ਇਸ ਨੂੰ ਗਰਮੀ ਦੇ ਵਿੱਚ ਖਾਣੇ ਆ ਗਰਮੀ ਦੇ ਵਿੱਚ ਜ਼ਿਆਦਾ ਮਸਾਲੇ ਚੰਗੇ ਨਹੀਂ ਲੱਗਦੇ ਇਸ ਕਰਕੇ ਮੈਂ ਸੁਜੈਸਟ ਕਰੂੰਗੀ ਕਿ ਬਾ ਜ਼ਿਆਦਾ ਮਸਾਲੇਦਾਰ ਨਾ ਬਣਾਓ ਇਸ ਨੂੰ ਸਿੰਪਲ ਜਿਹਾ ਰੱਖੋ ਠੰਡਾ ਠੰਡਾ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਮਸਾਲੇਦਾਰ ਚੰਗਾ ਨਹੀਂ ਲੱਗਦਾਗਾ ਠੰਡਾ ਠੰਡਾ ਖਾਓ ਤੁਸੀਂ ਘੱਟ ਮਸਾਲੇ ਵਾਲਾ ਤੇ ਉੱਪਰੋਂ ਗਾਰਨਿਸ਼ ਕਰਦੇ ਹੋ ਇਸ ਤਰ੍ਹਾਂ ਤੇ ਬਹੁਤ ਹੀ ਸੋਹਣਾ ਲੱਗ ਰਿਹਾ ਆਪਣਾ ਕद्दू ਦਾ ਰਾਇਤਾ ਤੇ ਹੁਣ ਇਸ ਨੂੰ ਫਰਿੱਜ ਵਿੱਚ ਰੱਖ ਕੇ ਬਾਅਦ ਵਿੱਚ ਤੁਸੀਂ ਰੋਟੀ ਦੇ ਨਾਲ ਖਾ ਸਕਦੇ ਹੋ ਤੇ ਇਸ ਨੂੰ ਵਧਾ ਵੀ ਸਕਦੇ ਹੋ ਤੇ ਬਹੁਤ ਟੇਸਟੀ ਬਣਦਾ ਹੈ ਇਸ ਤਰ੍ਹਾਂ ਤੇ ਬਹੁਤ ਹੀ ਘੱਟ ਸਮੇਂ ਵਿੱਚ ਸਿਰਫ 10 ਮਿੰਟ ਹੀ ਲੱਗਦੇ ਆ ਜਿਆਦਾ ਟਾਈਮ ਨਹੀਂ ਲੱਗਦਾਗਾ ਤੇ ਜੇਕਰ ਅੱਜ ਦੀ ਵੀਡੀਓ ਤੁਹਾਨੂੰ ਚੰਗੀ ਲੱਗੀ ਤਾਂ ਪਲੀਜ਼ ਲਾਈਕ ਕਮੈਂਟ ਜ਼ਰੂਰ ਕਰੋ ਜੀ ਤੇ ਇਸ ਨੂੰ ਬਣਾ ਕੇ ਤੇ ਆਪਣੇ ਅਨੁਭਵ ਸਾਡੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਸਾਡੇ ਚੈਨਲ ਨੂੰ ਸਪੋਰਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਸਾਡੀਆਂ ਨੈਕਸਟ ਵੀਡੀਓਜ਼ ਦੇਖਣ ਦੇ ਲਈ ਤੇ ਉਮੀਦ ਕਰਦੇ ਹਾਂ ਸਤਿ ਸ੍ਰੀ ਅਕਾਲ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਚੰਗੀ ਲੱਗੀ ਹੋਊਗੀ ਤੇ ਮਿਲਦੇ ਆ ਜੀ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਦਿਓ ਇਜਾਜ਼ਤ ਧੰਨਵਾਦ ਥੈਂਕ ਯੂ ਓਕੇ ਬਾਏ